ਮੁੰਬਈ ਤੋਂ ਬਿਮਾਰ ਪਿਤਾ ਦਾ ਪਤਾ ਲੈਣ ਨਿਕਲਿਆ ਆਰਿਫ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੰਡੀਗੜ੍ਹ PGI ਪਹੁੰਚ ਚੁੱਕਾ ਹੈ, ਜਿੱਥੇ ਉਸਦਾ ਅੱਬਾ ਇਲਾਜ ਅਧੀਨ ਹੈ। 2100 ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਪੈਂਡਲਾਂ ਨਾਲ ਤੈਅ ਕਰਨ ਤੋਂ ਬਾਅਦ ਅੱਜ ਇਸ ਗੱਲ ਦਾ ਸਕੂਨ ਹੈ ਕਿ ਉਸਦਾ ਅੱਬਾ ਹੁਣ ਠੀਕ ਹੈ, ਉਸ ਕੋਲ ਪਹੁੰਚ ਚੁੱਕਾ ਹੈ। ਇਸ ਲਈ CRPF ਦੇ ਜਵਾਨਾਂ ਦਾ ਧੰਨਵਾਦ ਕਰਦਾ ਭਾਵ ਖੋਟਦਾ ਹੈ। ਸਿੱਖ ਨਿਊਜ਼ ਐਕਸਪ੍ਰੈਸ ਵੱਲੋਂ ਆਰਿਫ ਦੀ ਕਹਾਣੀ ਨੂੰ ਪ੍ਰਮੁੱਖਤਾ ਨਾਲ ਸਭ ਤੋਂ ਪਹਿਲਾਂ ਵਿਖਾਇਆ ਗਿਆ ਸੀ ਕਿ ਕਿਵੇਂ ਉਹ ਸਾਈਕਲ ਉੱਪਰ ਸਵਾਰ ਹੋ ਮੁੰਬਈ ਤੋਂ ਰਾਜੌਰੀ ਲਈ ਨਿਕਲਿਆ ਸੀ। ਖੈਰ, ਆਰਿਫ ਹੁਣ ਆਪਣੀ ਮੰਜ਼ਿਲ ਤੇ ਪਹੁੰਚ ਚੁੱਕਾ ਹੈ, ਪਿਤਾ ਨੂੰ ਮਿਲਣ ਦਾ ਸਕੂਨ ਹੈ, ਲੰਬੇ ਸਫ਼ਰ ਦੀ ਥਕਾਵਟ ਵੀ ਹੁਣ ਮਹਿਸੂਸ ਨਹੀਂ ਹੋ ਰਹੀ। ਅਸਲ ਵਿੱਚ ਲੌਕਡਾਊਨ ਤੋਂ ਬਾਅਦ ਆਰਿਫ ਮੁੰਬਈ 'ਚ ਫਸ ਗਿਆ ਸੀ, ਪਰ ਜਦੋਂ ਉਸ ਨੂੰ ਇਹ ਖ਼ਬਰ ਮਿਲੀ ਕਿ ਉਸਦੇ ਪਿਤਾ ਵਜ਼ੀਰ ਹੁਸੈਨ ਦੀ ਤਬੀਅਤ ਖਰਾਬ ਹੈ, ਤਾਂ ਉਹ ਸਾਈਕਲ ਤੇ ਮੁੰਬਈ ਤੋਂ ਹੀ ਰਜੌਰੀ ਲਈ ਨਿਕਲ ਤੁਰਿਆ ਸੀ। ਆਰਿਫ ਮੈਂ ਰਜੌਰੀ ਕਾ ਰਹਿਣੇ ਵਾਲਾ ਹੂੰ, ਜੰਮੂ ਕਸ਼ਮੀਰ ਕਾ, ਔਰ ਮੇਰੇ ਵਾਲਿਦ ਸਾਹਿਬ ਕੋ ਅਟੈਕ ਆਇਆ, ਉਨਕਾ ਸਰ ਕਾ ਨਾੜ ਫਟ ਗਿਆ, ਮੇਰਾ ਬੇਨ ਭਾਈ ਕੋਈ ਨਹੀਂ ਹੈ, ਉਨਕੋ ਦੇਖਣੇ ਵਾਲਾ ਕੋਈ ਨਹੀਂ ਹੈ, ਤੋ ਮੇਰੇ ਕੋ ਲਾਜ਼ਮੀ ਜਾਣਾ। ਆਰਿਫ ਮੁਤਾਬਕ, ਜਦੋਂ ਮੈਂ ਮੁੰਬਈ ਤੋਂ ਨਿਕਲਿਆ ਸੀ ਤਾਂ ਮੈਂ ਹਿਸਾਬ ਲਗਾਇਆ ਸੀ ਕਿ 21-22 ਦਿਨ ਸਾਈਕਲ ਚਲਾ ਕੇ ਘਰ ਤੱਕ ਪਹੁੰਚ ਜਾਵਾਂਗਾ। ਮੈਂ ਆਪਣੇ ਪਿਤਾ ਨੂੰ ਦੇਖਣ ਦੇ ਲਈ ਬੇਚੈਨ ਸੀ। CRPF ਦੇ ਲੋਕ ਫਰਿਸ਼ਤੇ ਦੀ ਤਰ੍ਹਾਂ ਆਏ, ਮੈਨੂੰ ਮੇਰੇ ਅੱਬਾ ਨਾਲ ਮਿਲਵਾ ਦਿੱਤਾ। ਫਿਲਹਾਲ ਚੰਡੀਗੜ੍ਹ ਦੇ ਹਸਪਤਾਲ 'ਚ ਆਰਿਫ ਦੇ ਅੱਬਾ ਦਾ ਇਲਾਜ ਚੱਲ ਰਿਹਾ ਹੈ ਅਤੇ ਪੂਰਾ ਖਰਚ CRPF ਚੁੱਕ ਰਹੀ ਹੈ। ਆਰਿਫ ਅਤੇ CRPF ਨੂੰ ਉਮੀਦ ਹੈ ਕਿ ਉਹਨਾਂ ਦੇ ਅੱਬਾ ਜਲਦ ਠੀਕ ਹੋ ਜਾਣਗੇ। CRPF ਦੇ ਜ਼ੁਲਫਿਕਾਰ ਹਸਨ ਦੇ ਮੁਤਾਬਕ CRPF ਦੀ ਹੈਲਪਲਾਈਨ ਮਦਦਗਾਰਾਂ ਨੂੰ ਸਾਲ 2017 'ਚ ਸਥਾਪਿਤ ਕੀਤਾ ਗਿਆ ਸੀ। ਇਸ ਹੈਲਪਲਾਈਨ ਦਾ ਮਕਸਦ ਮੁਸੀਬਤ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਕਰਨਾ ਹੈ। ਹਸਨ ਦੱਸਦੇ ਹਨ ਕਿ ਜਦੋਂ ਜੰਮੂ ਕਸ਼ਮੀਰ 'ਚ ਬੀਤੇ ਸਾਲ 5 ਅਗਸਤ ਨੂੰ ਲੌਕਡਾਊਨ ਸ਼ੁਰੂ ਹੋਇਆ ਸੀ ਤਾਂ ਇਸ ਹੈਲਪਲਾਈਨ ਦੇ ਜ਼ਰੀਏ ਦੇਸ਼ ਭਰ ਵਿੱਚ ਰਹਿ ਰਹੇ ਕਸ਼ਮੀਰੀ ਲੋਕਾਂ ਅਤੇ ਵਿਦਿਆਰਥੀਆਂ ਦੀ ਮਦਦ ਕੀਤੀ ਗਈ ਸੀ। CRPF ਇੱਕ ਕੇਂਦਰੀ ਬਲ ਹੈ ਅਤੇ ਇਸ ਦੀ ਉਪਸਥਿਤੀ ਦੇਸ਼ ਦੇ ਹਰ ਹਿੱਸੇ ਵਿੱਚ ਹੈ। ਅਜਿਹੇ ਵਿੱਚ CRPF ਦੀ ਇਹ ਹੈਲਪਲਾਈਨ ਉਹਨਾਂ ਕਸ਼ਮੀਰੀ ਲੋਕਾਂ ਦੇ ਲਈ ਸੰਜੀਵਨੀ ਸਾਬਿਤ ਹੁੰਦੀ ਹੈ ਜੋ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਹੁੰਦੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਕਸ਼ਮੀਰ ਵਿੱਚ ਭਾਰਤੀ ਸੈਨਾ ਬਲਾਂ ਦੀ ਭਾਰੀ ਮੌਜੂਦਗੀ ਹੈ। ਇਸ 'ਚ CRPF ਪ੍ਰਮੁੱਖ ਹੈ। ਜ਼ੁਲਫਿਕਾਰ ਹਸਨ ਮੰਨਦੇ ਹਨ ਕਿ ਆਪਣੀ ਇਸ ਹੈਲਪਲਾਈਨ ਜ਼ਰੀਏ CRPF ਕਸ਼ਮੀਰੀ ਲੋਕਾਂ 'ਚ ਭਰੋਸਾ ਪੈਦਾ ਕਰ ਰਹੀ ਹੈ। ਆਰਿਫ ਵਾਰ ਵਾਰ CRPF ਦਾ ਸ਼ੁਕਰੀਆ ਅਦਾ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮੇਰੇ ਅੱਬਾ CRPF ਦੀ ਵਜ੍ਹਾ ਨਾਲ ਹੀ ਜ਼ਿੰਦਾ ਹਨ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਉਹਨਾਂ ਨੂੰ ਜ਼ਿੰਦਾ ਦੇਖ ਪਾਇਆ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।